ਅਸੀਂ ਤੁਹਾਨੂੰ ਪਹਿਲਾਂ ਵੀ ਮਿਲੇ ਸੀਗੇ ਤੁਸੀਂ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਬਹੁਤ ਬੇਬਾਕੀ ਦੇ ਨਾਲ ਜਿਹੜਾ ਸੀਗਾ ਬੀਜੇਪੀ ਨੂੰ ਪੋਜ਼ ਵੀ ਕੀਤਾ ਸੀਗਾ ਕਿ ਇਹਨਾਂ ਨੂੰ ਇਸ ਭਾਸ਼ਾ ਲਈ ਲੜਾਈ ਲੜਨੀ ਚਾਹੀਦੀ ਹੈ ਲੇਕਿਨ ਹੁਣ ਖੇਤੀ ਆਰਡੀਨੈਂਸ ਨੂੰ ਲੈ ਕੇ ਲਗਾਤਾਰ ਦਿੱਲੀ ਜਿਹੜੀ ਹੈ ਉਹ ਜਿਹੜਾ ਇੱਕਦਮ ਆਪਣਾ ਰੁੱਖ ਸਾਫ ਨਹੀਂ ਕਰ ਰਹੀ ਪੰਜਾਬ ਭਾਜਪਾ ਜਿਹੜੀ ਆ ਬਿਲਕੁਲ ਨਹੀਂ ਕਰ ਪਾ ਰਹੀ ਕਿਆ ਇਹੀ ਮੁੱਦਾ ਸੀਗਾ ਜਿਸ ਕਰਕੇ ਅਸਤੀਫਾ ਦਿੱਤਾ ਗਿਆ ਪਾਰਟੀ ਨੇ ਜੋ ਅੱਜ ਤੱਕ ਮਿਸ਼ਨ ਦਿੱਤਾ ਤਾੜੀਆਂ ਵਜਾਈਆਂ ਥਾਲੀਆਂ ਵੀ ਖੜਕਾਈਆਂ ਦੀਵੇ ਵੀ ਜਗਾਏ ਸੜਕਾਂ ਦੇ ਉੱਤੇ ਸੰਘਰਸ਼ ਵੀ ਕੀਤਾ ਜੇਲ੍ਹ ਵੀ ਗਿਆ ਜੇ ਤੁਸੀਂ ਇਹ ਗੱਲ ਕਹਿ ਸਕਦੇ ਜੇ ਕਿ ਮੈਂ ਘੱਟੋ ਘੱਟ ਇਹ ਗੱਲ ਕਹਿਣ ਦੇ ਯੋਗ ਹੈਗਾ ਕਿ ਮੈਂ ਪਾਰਟੀ ਦੇ ਲਈ ਗੋਲੀਆਂ ਵੀ ਖਾਧੀਆਂ ਅਰੁਣ ਜੇਤਲੀ ਦੀ ਇਲੈਕਸ਼ਨ ਸੀਗੀ ਇੱਥੇ ਜਾਂ ਹਰਦੀਪ ਸਿੰਘ ਪੁਰੀ ਹੋਣਾਂ ਦੀ ਇਲੈਕਸ਼ਨ ਸੀਗੀ ਜਾਂ ਅਨਿਲ ਜੋਸ਼ੀ ਹੋਣਾਂ ਦੀ ਇਲੈਕਸ਼ਨ ਮੰਨੀ ਜਾਵੇ ਤੁਸੀਂ ਮੋਹਰੀ ਤੌਰ 'ਤੇ ਕੰਮ ਕਰਦੇ ਸੀਗੇ ਹਰ ਟਾਈਮ 'ਤੇ ਅੱਗੇ ਨਜ਼ਰ ਆਉਂਦੇ ਸੀਗੇ ਕੀ ਸੀਨੀਅਰ ਲੀਡਰਸ਼ਿਪ ਨੂੰ ਤੁਹਾਡੇ ਵੱਲੋਂ ਜਿਹੜੀ ਗੱਲ ਕੀਤੀ ਜਾ ਰਹੀ ਸੀਗੀ ਕਿਆ ਉਹਨਾਂ ਨੂੰ ਸਮਝ ਨਹੀਂ ਆ ਪਾਈ ਕਿ ਉਹ ਉਸ 'ਤੇ ਅਣਗੋਲਿਆ ਹੀ ਨਜ਼ਰ ਆਏ ਨੇ ਸੀਨੀਅਰ ਲੀਡਰਸ਼ਿਪ ਜਿਹੜੀ ਇਸ ਵੇਲੇ ਪਾਰਟੀ ਦੀ ਹੈ ਨਾ ਜੀ ਉਹਦੇ ਡੰਮੀ ਹੈ ਉਹ ਇਹ ਜਿਹੜੀ ਹੁਣ ਲੀਡਰਸ਼ਿਪ ਆ ਇਹ ਸਿਰਫ ਸੈਂਟਰ ਦੀ ਇੱਕ ਹੱਥ ਠੋਕਾ ਹੀ ਆ ਜੋ ਦਿੱਲੀ ਵਾਲੇ ਕਹਿੰਦੇ ਯੈਸ ਸਰ ਕਰਕੇ ਅਤੇ ਅੱਗੇ ਤੋਰ ਦਿੰਦੇ ਗੱਲ ਅੰਧ ਭਗਤ ਨਹੀਂ ਹੋਣੇ ਚਾਹੀਦੇ ਮੈਂ ਅੰਧ ਭਗਤ ਨਹੀਂ ਹੈਗਾ ਤੁਹਾਨੂੰ ਕਿਸਾਨ ਕਹਿ ਰਿਹਾ ਤੁਸੀਂ ਧੱਕੇ ਨਾ ਕਹੀ ਜਾ ਰਹੇ ਕਿਸਾਨ ਨੂੰ ਵੀ ਆ ਬਿੱਲ ਤੇਰੇ ਲਈ ਬਹੁਤ ਵਧੀਆ ਬਹੁਤ ਵਧੀਆ ਕੀ ਦੇਸੀ ਘਿਓ ਆਪਾਂ ਖਵਾ ਦੇਣਾ ਜੀ ਕਿਸਾਨ ਨੂੰ ਵੀ ਉਹ ਬਿੱਲ ਜਿਹੜਾ ਬਹੁਤ ਉਹਦੇ ਲਈ ਤਾਕਤਵਰ ਹੋ ਜਾਣਾ ਕਿਸਾਨ ਨੇ ਉਹ ਮੈਨੂੰ ਸਮਝਾਉਣ 'ਚ ਨਾਕਾਮ ਰਹੇ ਆ ਅਤੇ ਮੈਂ ਉਹਨਾਂ ਨੂੰ ਸਮਝਾਉਣ 'ਚ ਨਾਕਾਮ ਰਿਹਾ ਉਹ ਕਹਿੰਦੇ ਵੀ ਬਿੱਲ ਬਹੁਤ ਵਧੀਆ ਕਿਸਾਨਾਂ ਦੇ ਹੱਕ 'ਚ ਆ ਅਤੇ ਮੈਂ ਇਸ ਉਹਨਾਂ ਨੂੰ ਸਮਝਾਉਂਦਾ ਰਿਹਾ ਕਿ ਇਹ ਬਿੱਲ ਨਹੀਂ ਕਿਸਾਨਾਂ ਦੇ ਹੱਕ 'ਚ ਹੈਗੇ ਇਸ ਲਈ ਤੁਸੀਂ ਕਹਿ ਸਕਦੇ ਹੋ ਕਿ ਮੈਂ ਹੁਣ ਉਹਨਾਂ ਤੋਂ ਬਾਹਰ ਜਾ ਕੇ ਇਹ ਡਿਸੀਜਨ ਲਿਆ ਕਿ ਠੀਕ ਹੈ ਮੇਰਾ ਤੁਸੀਂ ਮੈਨੂੰ 20 ਸਾਲ ਮੈਂ ਤੁਹਾਡੇ ਨਾਲ ਰਾਜਨੀਤੀ ਕੀਤੀ ਪਾਰਟੀ 'ਚ ਲੈਂਦਾ ਪਰ ਮੈਂ ਗਲਤ ਨੂੰ ਗਲਤ ਕਹਿਣਾ ਅਤੇ ਸਹੀ ਨੂੰ ਸਹੀ ਕਹਿਣਾ 2022 ਦੇ ਵਿੱਚ ਜੋ ਕਾਸਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਭਾਜਪਾ ਸ਼ਾਇਦ ਇਕੱਲਾ ਮੋਰਚਾ ਵੀ ਖੋਲ੍ਹ ਸਕਦੀ ਹੈ ਕਿਆ ਲੱਗਦਾ ਹੈ ਕਿ ਜੇਕਰ 2022 ਦੀ ਇਲੈਕਸ਼ਨ ਹੁੰਦੀ ਹੈ ਅਤੇ ਭਾਜਪਾ ਲੜਦੀ ਹੈ ਅਤੇ ਹੁਣ ਕਾਫੀ ਵੋਟ ਬੈਂਕ ਦਾ ਜਿਹੜਾ ਨੁਕਸਾਨ ਹੋ ਸਕਦਾ ਉੱਥੇ ਪੈਰ ਦੇ ਬਾਗੇ ਵਿਖਾਉਣ ਹੋਣਾ ਕਿਸ ਤਰ੍ਹਾਂ ਜਾਣਾ ਉੱਥੇ ਵੋਟਾਂ ਮੰਗਣ ਤਾਂ ਦੂਰ ਦੀ ਗੱਲ ਹੈਗੀ ਆ ਤੁਸੀਂ ਉੱਥੇ ਗੇੜਾ ਹੀ ਮਾਰਨ ਚੱਲ ਜਾਓ ਲੋਕਾਂ ਨੇ ਲਿਖ ਕੇ ਲਾ ਦੇਣਾ ਕਿ ਬੀਜੇਪੀ ਵਾਲਿਆਂ ਦਾ ਪਿੰਡਾਂ 'ਚ ਆਉਣਾ ਮਨਾ ਜੇ ਇਸ ਧੱਕੇਸ਼ਾਹੀ ਨਾ ਆਪਾਂ ਸਾਰਿਆਂ ਨੇ TV 'ਤੇ ਵੇਖਿਆ ਕਿ ਰਾਜ ਸਭਾ ਦੇ ਵਿੱਚ ਪਾਰਟੀ ਕੋਲ ਮਜੋਰਟੀ ਨਾ ਆਉਣ ਦੇ ਬਾਵਜੂਦ ਬਿੱਲ ਯੈਸ 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 ਕਰਕੇ ਤੁਸੀਂ ਪਾਸ ਕਰਾ ਲਿਆ ਉਹ ਲੋਕ ਵੇਖਦੇ ਪਏ ਆ ਲਾਈਵ TV ਦੇ ਉੱਤੇ ਵੇਖਦੇ ਪਏ ਆ ਤੁਸੀਂ ਉਸ ਗੱਲ ਦਾ ਮਜ਼ਾਕ ਹੀ ਬਣਾਤਾ ਲੋਕਤੰਤਰ ਦਾ ਆਪਾਂ ਅੱਜ ਤੱਕ ਕਾਂਗਰਸ ਨੂੰ ਗਾਲਾਂ ਕੱਢਦੇ ਰਹੇ ਵੀ 70 ਸਾਲ ਉਹਨਾਂ ਰਾਜ ਕੀਤਾ ਜੀ ਉਹਨਾਂ ਨੇ ਲੋਕਤੰਤਰ ਦਾ ਗਲਾ ਘੁੱਟਤਾ ਜੀ ਅਤੇ ਆਪਾਂ ਕੀ ਕੀਤਾ ਆਪਾਂ ਤਾਂ ਸ਼ਰੇਆਮ ਘੁੱਟਿਆ ਗਲਾ 3 ਮਹੀਨੇ ਤੁਹਾਡੇ ਕੋਲ ਹੈਗੇ ਸੀ ਜਾਂਦੇ ਲੋਕਾਂ ਦੇ ਵਿੱਚ ਲੋਕਾਂ ਦੀ ਰਾਏ ਲੈਂਦੇ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਉਦੋਂ ਆ ਕਿਸਾਨ ਮੋਰਚਾ ਸਾਡੀ ਇੱਡੀ ਤਕੜੀ ਕਾਰਿਆ ਕਰਨੀ ਆ ਪਾਰਟੀ ਦੇ ਇੰਨੇ ਅਹੁਦੇਦਾਰ ਆ 32 ਜ਼ਿਲ੍ਹੇ ਆ ਸਾਡੇ ਸੰਗਠਨ ਦੇ ਉਸ ਮੁਤਾਬਕ ਵੰਡ ਕੇ ਚੱਲ ਜਾਂਦੇ ਕਿਸਾਨਾਂ ਨਾਲ ਗੱਲ ਕਰਦੇ ਹਰ ਜ਼ਿਲ੍ਹੇ 'ਚ ਜਾ ਕੇ ਉਹਨਾਂ ਨੂੰ ਕਹਿੰਦੇ ਜੀ ਆਹ ਆਰਡੀਨੈਂਸ ਆਏ ਆ ਇਹ ਬਿੱਲ ਅਜੇ ਬਣਨੇ ਆ ਤੁਸੀਂ ਆਪਣੀ ਰਾਏ ਦਿਓ ਅਸੀਂ ਜਾ ਕੇ ਤੁਹਾਡੀ ਗੱਲ ਆਪਣੀ ਲੀਡਰਸ਼ਿਪ ਤੱਕ ਪਹੁੰਚਾਵਾਂਗੇ ਹੁਣ ਕਿਉਂ ਭੱਜੇ ਹੁਣ ਕਿਉਂ ਪ੍ਰੈਸ ਕਾਨਫਰੰਸ ਕਰਨ ਲਈ ਕਿਸਾਨ ਨੇਤਾਵਾਂ ਨੂੰ ਭੇਜਦੇ ਆ ਅਤੇ ਤੁਸੀਂ ਥੱਲੇ ਕਮੈਂਟ ਪੜ੍ਹ ਲਓ ਕਿ ਲੋਕਾਂ ਨੇ ਕੀ ਲਿਖਿਆ ਪੜ੍ਹਦੀ ਵੀ ਸਾਡੀ ਲੀਡਰਸ਼ਿਪ ਲੀਡਰਸ਼ਿਪ ਨੂੰ ਪਤਾ ਵੀ ਸਾਨੂੰ ਕੀ ਹੋਣ ਜਾ ਰਿਹਾ ਅੰਦਰ ਅੰਦਰ ਲੋਕ ਸੋਚਦੇ ਪਏ ਵੀ ਇਹ ਕੀ ਕਰ ਬੈਠੇ ਹਾਂ ਕਿੱਥੇ ਇਕੱਲੇ ਹੀ ਸੱਤਾ ਭੋਗਣ ਦੇ ਆਪਾਂ ਸੁਪਨੇ ਲੈ ਰਹੇ ਹਾਂ ਕਿ 117 ਸੀਟਾਂ ਲੜਨੀਆਂ ਅਤੇ BJP ਆਪਣਾ CM ਬਣਾਊਗੀ ਉਹ ਸੁਪਨੇ ਧਰੇ ਧਰਾਏ ਰਹਿ ਜਾਣੇ ਇਹ ਤੁਸੀਂ ਵੇਖਿਓ ਸੀ ਇਹਨਾਂ ਦਾ ਹਾਲ ਕੀ ਹੁੰਦਾ ਪੰਜਾਬ ਭਾਜਪਾ ਵਿੱਚ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਅੱਜ RP ਮੈਣੀ ਹੋਣਾਂ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਹੈ ਅਸਤੀਫਾ ਦੇਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਖੇਤੀ ਆਰਡੀਨੈਂਸ ਦੱਸਿਆ ਜਾ ਰਿਹਾ ਹੈ ਹਾਲਾਂਕਿ RP ਮੈਣੀ ਹੋਣਾਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਕਿਹਾ ਸੀਗਾ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅਤੇ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਜੰਮੂ ਕਸ਼ਮੀਰ 'ਚ ਰੱਦ ਕਰ ਦਿੱਤੀ ਗਈ ਆ ਜਿਹੜੀ ਸਰਕਾਰੀ ਭਾਸ਼ਾ ਵਿੱਚੋਂ ਬਦਲ ਦਿੱਤੀ ਗਈ ਆ ਉਹਨੂੰ ਲੈ ਕੇ ਅਤੇ ਖਾਸ ਤੌਰ 'ਤੇ ਖੇਤੀ ਆਰਡੀਨੈਂਸ ਨੂੰ ਲੈ ਕੇ ਜਿਹੜਾ ਇਹਨਾਂ ਦਾ ਰੋਹ ਸੀਗਾ ਉਸ ਨੂੰ ਲੈ ਕੇ ਜਿਹੜਾ ਹੈ ਅਸਤੀਫਾ ਦਿੱਤਾ ਗਿਆ ਹੈ RP ਮੈਣੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ ਮੈਣੀ ਸਾਹਿਬ ਲਗਾਤਾਰ ਅਸੀਂ ਤੁਹਾਨੂੰ ਪਹਿਲਾਂ ਵੀ ਮਿਲੇ ਸੀਗੇ ਤੁਸੀਂ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਬਹੁਤ ਬੇਬਾਕੀ ਦੇ ਨਾਲ ਜਿਹੜਾ ਸੀਗਾ BJP ਨੂੰ ਪੋਜ਼ ਵੀ ਕੀਤਾ ਸੀਗਾ ਕਿ ਇਹਨਾਂ ਨੂੰ ਇਸ ਭਾਸ਼ਾ ਲਈ ਲੜਾਈ ਲੜਨੀ ਚਾਹੀਦੀ ਹੈ ਲੇਕਿਨ ਹੁਣ ਖੇਤੀ ਆਰਡੀਨੈਂਸ ਨੂੰ ਲੈ ਕੇ ਲਗਾਤਾਰ ਦਿੱਲੀ ਜਿਹੜੀ ਹੈ ਉਹ ਜਿਹੜਾ ਇੱਕਦਮ ਆਪਣਾ ਰੁੱਖ ਸਾਫ ਨਹੀਂ ਕਰ ਰਹੀ ਪੰਜਾਬ ਭਾਜਪਾ ਜਿਹੜੀ ਆ ਬਿਲਕੁਲ ਨਹੀਂ ਕਰ ਪਾ ਰਹੀ ਕਿਆ ਇਹੀ ਮੁੱਦਾ ਸੀਗਾ ਜਿਸ ਕਰਕੇ ਅਸਤੀਫਾ ਦਿੱਤਾ ਗਿਆ ਤੁਹਾਡੇ ਨੂੰ ਬਿਲਕੁਲ ਗੁਰਪ੍ਰੀਤ ਜੀ
ਆਪਾਂ ਸ਼ਾਇਦ ਪਿਛਲੇ 20 ਦਿਨ ਦੇ ਵਿੱਚ ਹੀ ਤੁਹਾਡੇ ਨਾਲ ਦੋ ਤਿੰਨ ਵਾਰ ਗੱਲਬਾਤ ਹੋਈ ਆ ਵੱਖ-ਵੱਖ ਮੁੱਦਿਆਂ ਦੇ ਉੱਤੇ। ਉਹੀ 3 ਮੁੱਦਿਆਂ ਦੇ ਉੱਤੇ ਮੈਂ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ। 20 ਸਾਲ ਜਿਸ ਪਾਰਟੀ 'ਚ ਲਾਏ ਹੋਣ, ਜਿਸ ਪਾਰਟੀ 'ਚ ਜੋ ਵੀ ਮਿਸ਼ਨ, ਜੋ ਵੀ ਸੰਘਰਸ਼, ਜੋ ਵੀ ਸਾਨੂੰ ਕੰਮ ਦਿੱਤਾ ਗਿਆ ਪਾਰਟੀ ਦਾ, ਉਹ ਆਪਾਂ ਪੂਰੀ ਤਨਦੇਹੀ ਨਾਲ ਨਿਭਾਇਆ। ਉਹਨੂੰ ਛੱਡਣਾ ਕੋਈ ਸੌਖੀ ਗੱਲ ਨਹੀਂ ਹੈਗੀ। ਉਹਦੇ ਆਪਣੇ 20 ਸਾਲ ਦੀ ਤਪੱਸਿਆ ਲਾ ਲਓ, 20 ਸਾਲ ਦੀ ਮਿਹਨਤ ਲਾ ਲਓ, ਉਹਨੂੰ ਮਿੱਟੀ ਪਾਉਣਾ ਉਹਦੇ ਉੱਤੇ ਕੋਈ ਸੌਖੀ ਗੱਲ ਨਹੀਂ ਹੈਗੀ। ਪਾਰਟੀ ਨੇ ਜੋ ਅੱਜ ਤੱਕ ਮਿਸ਼ਨ ਦਿੱਤਾ, ਤਾੜੀਆਂ ਵਜਾਈਆਂ, ਥਾਲੀਆਂ ਵੀ ਖੜਕਾਈਆਂ, ਦੀਵੇ ਵੀ ਜਗਾਏ, ਸੜਕਾਂ ਦੇ ਉੱਤੇ ਸੰਘਰਸ਼ ਵੀ ਕੀਤਾ, ਜੇਲ੍ਹ ਵੀ ਗਿਆ, ਜੇ ਤੁਸੀਂ ਇਹ ਗੱਲ ਕਹਿ ਸਕਦੇ ਜੇ ਕਿ ਮੈਂ ਘੱਟੋ ਘੱਟ ਇਹ ਗੱਲ ਕਹਿਣ ਦੇ ਯੋਗ ਹੈਗਾ ਕਿ ਮੈਂ ਪਾਰਟੀ ਦੇ ਲਈ ਗੋਲੀਆਂ ਵੀ ਖਾਧੀਆਂ। ਮੇਰੇ ਅੰਦਰ ਅੱਜ ਦੀ ਡੇਟ 'ਚ 25 ਸ਼ਰੇ ਮੇਰੇ ਅੰਦਰ ਆ, ਪਾਰਟੀ ਲਈ ਝਗੜਾ ਆ, ਉਹ ਮੈਂ, ਉਹ ਸਾਡੀ ਡਿਊਟੀ ਸੀ ਉਸ ਟਾਈਮ ਦੇ ਉੱਤੇ, ਉਹਨੂੰ ਪੂਰਾ ਨਿਭਾਇਆ, ਪਿੱਛੇ ਨਹੀਂ ਮੁੜੇ, ਪਾਰਟੀ ਲਈ ਖੜ੍ਹੇ ਰਹੇ ਹਾਂ। ਅੱਜ ਤੱਕ ਜੋ ਵੀ ਪਾਰਟੀ ਨੇ ਕੰਮ ਕਿਹਾ, ਜਿੱਥੇ ਡਿਊਟੀ ਲਾਈ, ਕਿਸੇ ਇਲੈਕਸ਼ਨ 'ਚ ਲਾਈ ਆ, ਤਰਨ ਤਾਰਨ ਤੋਂ ਲੈ ਕੇ ਅੰਮ੍ਰਿਤਸਰ ਦੀਆਂ ਲੋਕ ਸਭਾ, ਵਿਧਾਨ ਸਭਾ, ਜਿੱਥੇ ਵੀ ਪਾਰਟੀ ਨੇ ਡਿਊਟੀ ਲਾਈ ਆ, ਕਦੇ ਪਿੱਠ ਨਹੀਂ ਵਿਖਾਈ ਪਾਰਟੀ ਨੂੰ। ਕੋਸ਼ਿਸ਼ ਇਹ ਕੀਤੀ ਆ ਵੀ ਆਪਣਾ ਤਨ ਮਨ ਧਨ ਵਾਰਨ ਦੀ ਕੋਸ਼ਿਸ਼ ਕੀਤੀ ਪਾਰਟੀ 'ਤੇ, ਵਾਰਿਆ ਵੀ ਆ। ਮੈਣੀ ਸਾਹਿਬ, ਜਦੋਂ ਅਰੁਣ ਜੇਤਲੀ ਦੀ ਇਲੈਕਸ਼ਨ ਸੀਗੀ ਇੱਥੇ, ਜਾਂ ਹਰਦੀਪ ਸਿੰਘ ਪੁਰੀ ਹੋਣਾਂ ਦੀ ਇਲੈਕਸ਼ਨ ਸੀਗੀ, ਜਾਂ ਅਨਿਲ ਜੋਸ਼ੀ ਹੋਣਾਂ ਦੀ ਇਲੈਕਸ਼ਨ ਮੰਨੀ ਜਾਵੇ, ਤੁਸੀਂ ਮੋਹਰੀ ਤੌਰ 'ਤੇ ਕੰਮ ਕਰਦੇ ਸੀਗੇ, ਹਰ ਟਾਈਮ 'ਤੇ ਅੱਗੇ ਨਜ਼ਰ ਆਉਂਦੇ ਸੀਗੇ, ਕੀ ਸੀਨੀਅਰ ਲੀਡਰਸ਼ਿਪ ਨੂੰ ਤੁਹਾਡੇ ਵੱਲੋਂ ਜਿਹੜੀ ਗੱਲ ਕੀਤੀ ਜਾ ਰਹੀ ਸੀਗੀ, ਕਿਆ ਉਹਨਾਂ ਨੂੰ ਸਮਝ ਨਹੀਂ ਆ ਪਾਈ ਕਿ ਉਹ ਉਸ 'ਤੇ ਅਣਗੋਲਿਆ ਹੀ ਨਜ਼ਰ ਆਏ ਨੇ ਇੱਥੇ? ਸੀਨੀਅਰ ਲੀਡਰਸ਼ਿਪ ਜਿਹੜੀ ਇਸ ਵੇਲੇ ਪਾਰਟੀ ਦੀ ਹੈ ਨਾ ਜੀ, ਉਹਦੇ ਡੰਮੀ ਆ। ਅਤੇ ਜਦੋਂ ਤੁਸੀਂ ਵੇਖਿਆ ਨਾ, ਉੱਥੇ ਸ਼ੋਰੂਮਾਂ 'ਚ ਡੰਮੀ ਪੁਤਲੇ ਲਾਏ ਹੁੰਦੇ ਆ, ਉਹ ਸਿਰਫ ਵੇਖਣ ਨੂੰ ਬੜੇ ਸੋਹਣੇ ਲੱਗਦੇ ਆ, ਪਰ ਉਹਨਾਂ ਦੇ ਕੁਛ ਉਹਨਾਂ 'ਚ ਨਾ ਫੀਲਿੰਗਸ ਹੁੰਦੀਆਂ, ਕੁਛ ਨਹੀਂ ਹੁੰਦਾ ਉਹਨਾਂ 'ਚ। ਉਹ ਇਹ ਜਿਹੜੀ ਹੁਣ ਲੀਡਰਸ਼ਿਪ ਆ, ਇਹ ਸਿਰਫ ਸੈਂਟਰ ਦੀ ਇੱਕ ਹੱਥ ਠੋਕਾ ਹੀ ਆ, ਜੋ ਦਿੱਲੀ ਵਾਲੇ ਕਹਿੰਦੇ ਯੈਸ ਸਰ ਕਰਕੇ ਅਤੇ ਅੱਗੇ ਤੋਰ ਦਿੰਦੇ ਗੱਲ। ਗੱਲ ਰੈਸੀਪ੍ਰੋਕੇਟ ਕਰਨਾ ਹੁੰਦਾ ਤੁਹਾਨੂੰ, ਤੁਸੀਂ ਆਪਣੇ ਜਿਸ ਰਾਜ ਦੀ ਰਾਜਨੀਤੀ ਕਰ ਰਹੇ ਜੇ, ਉਸ ਰਾਜ ਦੇ ਲੋਕਾਂ ਦੀਆਂ ਭਾਵਨਾਵਾਂ, ਫੀਲਿੰਗਸ ਨੂੰ, ਸੈਂਟੀਮੈਂਟਸ ਨੂੰ ਧਿਆਨ 'ਚ ਰੱਖੋ, ਲੋਕਾਂ ਦੀ ਨਬਜ਼ ਨੂੰ, ਲੋਕਾਂ ਦੀ ਆਵਾਜ਼ ਨੂੰ, ਲੋਕਾਂ ਦੇ ਰੋਹ ਨੂੰ ਸਮਝੋ। ਇੰਨਾ ਵੱਡਾ ਦੀਵਾਰ ਦੇ ਉੱਤੇ ਸਾਹਮਣੇ ਲਿਖਿਆ ਵੀ ਇਹ ਜਿਹੜੇ ਬਿੱਲ ਆ, ਇਹ ਕਿਸਾਨੀ ਮਾਰੂ ਨੇ, ਇਹਨਾਂ ਨੇ ਕਿਸਾਨੀ ਖਤਮ ਕਰ ਦੇਣੀ ਆ। ਜਿਹੜੀ ਪੰਜਾਬੀ ਭਾਸ਼ਾ ਵਾ, ਉਹਨੂੰ ਸਰਕਾਰੀ ਭਾਸ਼ਾ ਬਣਾਉਣਾ ਚਾਹੀਦਾ। ਸਰਕਾਰੀ ਭਾਸ਼ਾ ਲਈ ਕੀ ਉਪਰਾਲਾ ਕੀਤਾ ਅਖਬਾਰਾਂ 'ਚ ਬਿਆਨ ਦੇ ਉੱਤੇ? ਜੋ ਦਿੱਲੀ ਨੇ ਸੋਚਿਆ ਉਹੀ ਕੀਤਾ। ਇੱਕ ਥੱਲੇ 2 ਲਾਈਨਾਂ ਲਾਤੀਆਂ ਜੀ ਕਿ ਡੋਗ ਉਹਨੂੰ ਗੋਜਰੀ, ਪਹਾੜੀ ਅਤੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਕੀਤਾ ਜਾਏਗਾ। ਇਹ ਕੀ ਗੱਲ ਹੋਈ? ਇਹ ਤਾਂ ਆਈ ਵਾਸ਼ ਵੀ ਨਹੀਂ ਹੈਗਾ। ਆਪਾਂ ਸਮਝਦੇ ਇਸ ਗੱਲ ਨੂੰ ਕਿ ਆਈ ਵਾਸ਼ ਵੀ ਨਹੀਂ ਹੈਗਾ। ਸਾਡੇ ਲੀਡਰਾਂ ਨੇ ਅਖਬਾਰਾਂ ਉਹਦੇ 'ਚ ਫੇਸਬੁੱਕ 'ਤੇ ਪਾਇਆ ਜੀ, ਸਾਡੀ ਗੱਲ ਮੰਨ ਲਈ ਜੀ ਦਿੱਲੀ ਵਾਲਿਆਂ ਨੇ, ਕੀ ਮੰਨ ਲਈ? ਜਾਂ ਤਾਂ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਕਰਾਉਂਦੇ। ਆਪਾਂ ਤਾਂ ਇਸ ਗੱਲ 'ਤੇ ਵੀ ਉਸ ਦਿਨ ਗੱਲ ਕੀਤੀ ਸੀ ਵੀ ਤੁਹਾਨੂੰ, ਅਸੀਂ ਸਾਰਿਆਂ ਦਾ ਇਸਤਕਬਾਲ ਕਰਦੇ ਸਾਰੀਆਂ ਭਾਸ਼ਾ ਦਾ, ਡੋਗਰੀ ਦਾ ਵੀ ਕੀਤਾ, ਕਸ਼ਮੀਰੀ ਦਾ ਵੀ ਕੀਤਾ, ਹਿੰਦੀ ਦਾ ਵੀ ਕੀਤਾ, ਉਰਦੂ ਦਾ ਵੀ ਕੀਤਾ, ਤੁਹਾਨੂੰ ਪੰਜਾਬੀ ਸ਼ਾਮਿਲ ਕਰਨ 'ਚ ਇਤਰਾਜ਼ ਕੀ ਹੈ? ਕਾਹਦੀ ਕੁੜੱਤਨ, ਕਾਹਦਾ ਗੁੱਸਾ, ਕਾਹਦਾ ਵਿਤਕਰਾ ਤੁਹਾਨੂੰ? ਬਸ ਇਹ ਆ ਵੀ ਜਿਹੜੀ ਪਾਰਟੀ ਦੀ ਇਸ ਵੇਲੇ ਕੰਮ ਕਰ ਰਹੀ ਆ, ਉਹਨਾਂ ਦੀ ਸ਼ਾਇਦ ਅਸੀਂ ਕੋਈ ਮਾਇਨੇ ਹੀ ਨਹੀਂ ਰੱਖਦੇ ਹੋਵਾਂਗੇ ਉਹਨਾਂ ਨੂੰ ਲੱਗਦਾ। ਅਤੇ ਪਾਰਟੀ ਗੁਰਪ੍ਰੀਤ ਜੀ ਰਾਤੋਂ ਰਾਤ ਮਾੜੀ ਵੀ ਨਹੀਂ ਹੋ ਜਾਂਦੀ। ਮੈਂ ਇਹ ਨਹੀਂ ਕਹਿੰਦਾ ਕਿ ਪਾਰਟੀ ਨੇ ਮਾਨ ਸਨਮਾਨ ਦਿੱਤਾ, ਨਾਂ ਬਣਾਇਆ ਅਤੇ ਆਪਾਂ ਪਾਰਟੀ ਲਈ ਖੂਨ ਵੀ ਵਹਾਇਆ, ਠੀਕ ਹੈ, ਪਰ ਗੱਲ ਜਿਹੜੀ ਆ, ਅੰਧ ਭਗਤ ਨਹੀਂ ਹੋਣੇ ਚਾਹੀਦੇ। ਮੈਂ ਅੰਧ ਭਗਤ ਨਹੀਂ ਹੈਗਾ, ਮੈਂ ਇਹ ਗੱਲ ਮੰਨਦਾ ਕਿ ਹਰ ਚੀਜ਼ ਦਾ ਕੋਈ ਲੌਜਿਕ ਹੈਗਾ ਨਾ, ਉਹ ਦੱਸੋ। ਤੁਸੀਂ ਕਿਵੇਂ ਕਹਿ ਸਕਦੇ ਜੇ ਜਦੋਂ ਤੁਹਾਨੂੰ ਕਿਸਾਨ ਕਹਿ ਰਿਹਾ, ਤੁਸੀਂ ਧੱਕੇ ਨਾ ਕਹੀ ਜਾ ਰਹੇ ਕਿਸਾਨ ਨੂੰ ਵੀ ਆ ਬਿੱਲ ਤੇਰੇ ਲਈ ਬਹੁਤ ਵਧੀਆ, ਬਹੁਤ ਵਧੀਆ, ਕੀ ਦੇਸੀ ਘਿਓ ਆਪਾਂ ਖਵਾ ਦੇਣਾ ਜੀ ਕਿਸਾਨ ਨੂੰ ਵੀ, ਉਹ ਬਿੱਲ ਜਿਹੜਾ ਬਹੁਤ ਉਹਦੇ ਲਈ ਤਾਕਤਵਰ ਹੋ ਜਾਣਾ ਕਿਸਾਨ ਨੇ, ਉਹ ਖਾਣ ਲਈ ਤਿਆਰ ਨਹੀਂ, ਉਹ ਤੁਹਾਡੇ ਅੱਗੇ ਅੱਗੇ ਭੱਜ ਰਿਹਾ, ਉਹ ਰੇਲ ਟਰੈਕ 'ਤੇ ਬੈਠਾ, ਸੜਕਾਂ 'ਤੇ ਬੈਠਾ, ਅਤੇ ਆਪਾਂ ਕਹਿ ਰਹੇ ਹਾਂ ਵੀ ਇਹਦੀ ਉਹਦੇ ਲਈ ਬਹੁਤ ਵਧੀਆ ਜੀ ਬਿੱਲ। ਮੈਣ ਸਾਹਿਬ, ਜੋਸ਼ੀ ਸਾਹਿਬ ਨਾਲ ਤੁਹਾਡਾ ਬਹੁਤ ਕਲੋਜ਼ ਸੀਗਾ, ਪਿੱਛੇ ਵੀ ਖਬਰਾਂ ਕਾਫੀ ਲੱਗੀਆਂ ਕਿ ਜੋਸ਼ੀ ਸਾਹਿਬ ਦੇ ਜਿਹੜੇ ਬਹੁਤ ਕਲੋਜ਼ ਨੇ ਮੈਣੀ ਸਾਹਿਬ, ਇਸ ਉਹ ਜਿਹੜੇ ਧਰਨੇ 'ਚ ਵੀ ਪਹੁੰਚ ਗਏ ਨੇ, ਕਿਆ ਜੋਸ਼ੀ ਸਾਹਿਬ ਨਾਲ ਤੁਸੀਂ ਗੱਲ ਕੀਤੀ ਸੀਗੀ ਜਦੋਂ ਤੁਸੀਂ ਰਿਜ਼ਾਈਨ ਕਰਨਾ ਸੀਗਾ? ਕਿਉਂਕਿ ਤੁਸੀਂ ਲਗਾਤਾਰ ਹੀ 20 ਸਾਲ ਤੋਂ ਲਗਾਤਾਰ ਉਹਨਾਂ ਨਾਲ ਚੱਲਦੇ ਆ ਰਹੇ ਹੋ, ਰਾਈਟ ਹੈਂਡ ਤੁਹਾਨੂੰ ਮੰਨਿਆ ਜਾਂਦਾ ਸੀਗਾ ਜੋਸ਼ੀ ਸਾਹਿਬ ਦਾ, ਕਿ ਅਗਰ ਮੈਣੀ ਸਾਹਿਬ ਕਹਿਣਗੇ ਤਾਂ ਸਭ ਕੁਝ ਹੁੰਦਾ ਸੀਗਾ, ਕਿਆ ਤੁਹਾਡੇ ਵੱਲੋਂ ਜੋਸ਼ੀ ਸਾਹਿਬ ਨਾਲ ਕੋਈ ਗੱਲਬਾਤ ਕੀਤੀ ਗਈ ਸੀ ਇਸ ਮਾਮਲੇ 'ਚ? ਕੋਈ ਬੰਦਾ ਨਾ ਪ੍ਰੇਰ ਕੇ ਕਿਸੇ ਨੂੰ ਰਾਜਨੀਤੀ 'ਚ ਲਿਆਉਂਦਾ। ਮੇਰਾ ਸਾਰਾ ਪਰਿਵਾਰ ਪੇਂਡੂ ਆ, ਮੈਂ ਬੀਜੇਪੀ 'ਚ ਮੈਨੂੰ ਅਨਿਲ ਜੋਸ਼ੀ ਜੀ ਲੈ ਕੇ ਆਏ, ਉਹ ਵੱਡੇ ਭਰਾ ਨੇ, ਵੱਡੇ ਭਰਾ ਰਹਿਣਾ ਉਹਨਾਂ ਨੇ, ਪਰ ਜਿਹੜੇ ਪੋਲੀਟੀਕਲ ਚੀਜ਼ਾਂ ਹੁੰਦੀਆਂ ਵਾ ਉਹਦੇ 'ਚ ਉਹ ਮੈਨੂੰ ਸਮਝਾਉਣ 'ਚ ਨਾਕਾਮ ਰਹੇ ਆ ਅਤੇ ਮੈਂ ਉਹਨਾਂ ਨੂੰ ਸਮਝਾਉਣ 'ਚ ਨਾਕਾਮ ਰਿਹਾ। ਉਹ ਕਹਿੰਦੇ ਵੀ ਬਿੱਲ ਬਹੁਤ ਵਧੀਆ, ਕਿਸਾਨਾਂ ਦੇ ਹੱਕ 'ਚ ਆ, ਅਤੇ ਮੈਂ ਇਸ ਉਹਨਾਂ ਨੂੰ ਸਮਝਾਉਂਦਾ ਰਿਹਾ ਕਿ ਇਹ ਬਿੱਲ ਨਹੀਂ ਕਿਸਾਨਾਂ ਦੇ ਹੱਕ 'ਚ ਹੈਗੇ,
इस लई तुसी कह सकते हो कि मैं हुण उन्हां तों बाहर जा के ये डिसीजन लिया कि ठीक है मेरा तुसी मैनू 20 साल मैं तुहाडे नाल राजनीति कीती पार्टी च लैंदा पर मैं गलत नूं गलत कहना ते सही नूं सही कहना। मैं साहब जिस तरह तुसी गल करदे पे हो कि लोकल लीडरशिप जिहड़ी आ उह नहीं सुन पा रही कि तुहाडे जिहड़े लोक आम पब्लिक की गलबात, क्या लोकल लीडरशिप नाल गल कीती गई सी कि इह जिहड़े बिल ने जां जिस तरह कि सारे ने कल प्रोटेस्ट भी किया लेकिन भाजपा विचों गायब सी, पंजाब भाजपा खास तौर पर गायब सी, क्या तुहाडे वल्लों भी कोई गलबात की गई सी कि हाँ सानू प्रोटेस्ट करना चाहिए जां जे अगर कोई गलत कोई जे अगर बिल पास हो गया, अगर परिवार है परिवार च गलती हो भी सकती है, क्या तुहाडे वल्लों कोई गल की गई सी? गुरप्रीत जी, अमृतसर और इंडिया गेट तो शुरू हुंदा ते गोल्डन गेट तक सारा सिटी है, उत्थे कांग्रेस वाले धरना लाया, भंडारी पुल ते कामरेडा ने लाया, हर मार्केट दे विच वख वख पार्टियां ने लाया, उत्थे अकाली दल ने लाया, कचहरी चौंक च धरना लाया। मैं ये धरना तो तद लाउण ना कि वो पहले गल एक्सैप्ट करन, धरना लाउण लई पहले माइंड क्लीयर होना चाहिए कि ये चीज़ साढ़े लिए सही है कि गलत है, जे असीं गलत कहना तो वो संघर्ष कर ली सड़क पर आवेंगे। पार्टी तो कह रही है भी सही है बिल्कुल, तुसी देखो मैं किसानां दे नाल, किसानां ने कदी उस जिहड़े किसान मजदूर संघर्ष कमेटी आ उन्होंने किसी भी पोलीटिकल बंदे नूं स्टेज अपनी सांझी नहीं करन दित्ती, पर मैं उन्हां दा धन्नवादी हाँ कि उन्होंने मैनूं अपनियां तीन स्टेजां ते बोलण दा मौका दिता। मैं सरवण सिंह पंधेरना नाल गल कीती कि मैं इस तरह एक गल रखनी चाहुंदा, जेल दे बाहर जिहड़ा सी उत्थे भी मैं उन्हां दे धरने च गया, हरीके पुल दे उन्होंने जिस दिन जाम किया उस दिन भी गया, तो कल भी मैं देवीदासपुरा जिहड़ा किसानां ने रेलवे ट्रैक दे उत्ते सी उत्थे भी मैं अपनी गल जनता तक रख के आया, तो उत्थे बोलदे मैं ये अपना मन बना लिया सी कि मैं हुण इस पार्टी का हिस्सा नहीं रहना, जिहड़े साडी किसानी दी साडी भाषा दी साडे पंजाब दे पाणियां दी उहदे लई दिल्ली वालियां ऐनकां ला के विंदे रहिंदे आ जिन्हां नूं पंजाब नज़र नहीं आउंदा, जदों पंजाब दे हितां दी वारी आउंदी आ उदों दिल्ली वल मूँह करके ते पंजाब वल पिट कर लैंदी पंजाब लीडरशिप आ, उहनां नाल हुण चल्लिया नहीं जा सकदा, सवाल ही पैदा नहीं हुंदा। 2022 दे विच जो कासराइयां लगाईयां जा रहियां सीगियां कि भाजपा शायद इकल्ला मोर्चा भी खोल सकदी आ, क्या लगदा है कि जे अगर 2022 दी इलैक्शन हुंदियां ते भाजपा लड़दी ते हुण काफ़ी वोट बैंक दा जिहड़ा नुकसान हो सकदा ना? देखो पिंडां 'च लोग मोदी साहब का नाम लैण लग गए सी, ठीक है जी, पिछला जिहड़ा 6 महीने साल पहलां लोग हौली हौली मोदी साहब नूं जिहड़ी एक्सैप्टेंस उन्हां दी शुरू हो गई सी ते पार्टी ने भी इस तरह का माहौल बनाउणा शुरू करता सी, अकाली दल नाल भी आढ़ा लाउणा किते ना किते शुरू करता सी भी आपां इस बार 117 सीटां लड़नियां, जां साडे सीनियर कई लीडरां ने बयान दित्ते भी 69 ते लड़ांगे लड़ांगे, ठीक है जी, पर कद ना लड़नियां जी, 35 to 40 सीटां अर्बन ते सैमी अर्बन हैगियां, बाकी सीटां सारियां रूरल बैकग्राउंड दियां पेंडू बैकग्राउंड दियां जिहदी किसान रीढ़ दी हड्डी आ, उत्थे पैर दे पा के विखाउण होना किस तरह जाणा, उत्थे वोटां मंगण ते दूर दी गल हैगी आ, तुसीं उत्थे गेड़ा ही मारन चल जाओ, लोकां ने लिख के ला देना कि BJP वालां दा पिंडां 'च आउणा मना, तुसीं आ 2-4 वीडियो सोशल मीडिया ते वेख ही लई आ भी किस तरह दा विहार उहनां नाल होया, चलो मैं उस गल दी डिटेल च नहीं जांदा, पर लोकां दी गुरप्रीत जी लोकां ने ही जिहड़ी जमात च करामात हुंदी आ, लोकां ने ये फैसला कर लिया कि BJP नूं हुण पिंडां च वड़न नहीं देना। क्या समझदे बहुत तगड़ा सैटबैक ला लिया, अगर इंप्लीमेंट करके लांदे नूं बिल नूं तो थोड़ा फायदा आ सकदा सीगा, लगदा बहुत तगड़ा नुकसान कर लिया। मैं तो इस गल नाल तुहाडी नाल 100% की 1000% सहमत हाँ, गल हुंदी है कि तुसी 5 जून नूं ऑर्डीनेंस होए पहलां ते टाइमिंग गलत है ऑर्डीनेंस दी, ऑर्डीनेंस उस टाइम लैंदा जांदा जदों एमरजेंसी है जां जदों कोई हाउस सैशन च नहीं हैगा ते बहुत कोई एमरजेंट हो गया कम ते आपां उहदे लई अध्यादेश लै आउने आ ऑर्डीनेंस लै आउने आ, फिर जदों हाउस सैशन च आउणा ते उहनूं बिल पास करा लैंदे आ, ऑर्डीनेंस गलत टाइमिंग ते लैंदे, बिल जिवें पास होए जिस धक्केशाही ना आपां सारयां ने TV ते वेख्या कि राज सभा दे विच पार्टी कोल मजोरिटी ना होने के बावजूद बिल यस 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 करके तुसी पास करा लिया, वो लोग वेखते पे आ लाइव TV के उत्ते वेखते पे आ, तुसी उस गल का मजाक ही बनाता, लोकतंत्र दा आपां अज तक कांग्रेस नूं गालां कढ़दे रहे भी 70 साल उन्हें राज कीता जी, उन्होंने लोकतंत्र का गला घुटता जी, तो आपां की कीता, आपां तो शरेआम घुटिया गला आपां उस ग फिर जां तो मैं साडी तो बेनती यह सी कि तुसी इहनूं सिलैक्ट कमेटी नूं भेजो, 250 जथेबंदियां किसानां दियां सारे हिंदुस्तान च हैगियां,
ਉਹਨਾਂ ਨਾਲ ਕਮੇਟੀਆਂ ਬਣਾ ਕੇ ਉਹਨਾਂ ਦੀ ਗੱਲ ਸੁਣੀ ਜਾਵੇ, ਕਿਸਾਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇ। ਇੱਕ ਪਲੇਟਫਾਰਮ ਦੇ ਉੱਤੇ ਦੋਵੇਂ ਪਾਰਟੀਆਂ ਦੋਵੇਂ ਚੀਜ਼ਾਂ ਇਕੱਠੀਆਂ ਹੁੰਦੀਆਂ, ਉਹਨਾਂ ਦੀ ਕੁਛ ਰਾਏ ਉਹਨਾਂ ਦੀ ਮੰਨੀ ਜਾਂਦੀ, ਕੁਛ ਅਮੈਂਡਮੈਂਟ ਇਹਦੇ 'ਚ ਹੋ ਜਾਂਦੀਆਂ। ਦੇਖੋ, MSP ਫੰਡਾਮੈਂਟਲ ਰਾਈਟ ਨਹੀਂ ਹੈਗਾ। CACP ਇੱਕ ਐਡਵਾਈਜ਼ਰੀ ਬੋਡੀ ਹੈ ਜਿਹੜੀ MSP ਨਿਸ਼ਚਿਤ ਕਰਦੀ ਹੈ। ਸਾਰੇ ਕਹੀ ਜਾਂਦੇ ਜੀ MSP ਨਹੀਂ ਜਾਣੀ, MSP ਨਹੀਂ ਜਾਣੀ। ਤੁਸੀਂ ਦੱਸੋ, MSP ਕੋਈ ਰਾਈਟ ਥੋੜ੍ਹਾ ਸਾਡਾ? ਸਲਾਹਕਾਰ ਸਲਾਹ ਦੇ ਰਹੇ ਹਾਂ, ਸਲਾਹ ਮੰਨਣੀ ਜਾਂ ਨਾ ਮੰਨਣੀ ਤਾਂ ਹਾਕਮ ਦਾ ਕੰਮ ਹੈ ਨਾ। ਉਹ ਕੱਲ੍ਹ ਨੂੰ ਨਹੀਂ ਮੰਨੂਗਾ ਫਿਰ ਕੀ ਕਰ ਲਾਂਗੇ? ਕੋਈ ਰਾਈਟ ਥੋੜ੍ਹਾ, ਕਿਸੇ ਐਕਟ 'ਚ ਥੋੜ੍ਹਾ ਲਿਖਿਆ? ਅਸ਼ੋਰੈਂਸ ਹੀ ਹੈ ਨਾ ਵੀ ਨਹੀਂ ਬੰਦ ਹੋਏਗੀ ਜੀ, ਇਹ ਤੁਹਾਡੇ ਸਾਹਮਣੇ ਬੰਦ ਹੋਣੀ। ਵੇਖਿਓ ਤੁਸੀਂ, BJP ਕਹਿ ਰਹੀ ਕਿ ਅਸੀਂ ਪਿੰਡਾਂ ਪਿੰਡਾਂ ਜਾ ਕੇ, ਜਿਸ ਤਰ੍ਹਾਂ ਕਿ ਹਾਲਾਂਕਿ ਤੁਸੀਂ ਵੀ ਕਹਿ ਰਹੇ ਹੋ ਕਿ ਵਿਰੋਧ ਬਹੁਤ ਹੋ ਸਕਦਾ ਹੈ, ਲੇਕਿਨ ਹਜੇ ਵੀ BJP ਕਹਿ ਰਹੀ ਅਸੀਂ ਪਿੰਡਾਂ ਪਿੰਡਾਂ ਜਾ ਕੇ ਲੋਕ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਸ ਆਰਡੀਨੈਂਸ ਨੂੰ ਲੈ ਕੇ? ਪਹਿਲਾਂ ਸਮਝਾ ਲੈਂਦੇ ਜੀ, ਪਹਿਲਾਂ ਸਮਝਾਉਣ 'ਚ ਕੀ ਸੀ ਤੁਹਾਡੇ ਕੋਲ? ਹੁਣ ਤਾਂ ਸਤੰਬਰ ਚੱਲ ਰਿਹਾ, ਜੂਨ, ਜੁਲਾਈ, ਅਗਸਤ, 3 ਮਹੀਨੇ ਤੁਹਾਡੇ ਕੋਲ ਹੈਗੇ ਸੀ। ਜਾਂਦੇ ਲੋਕਾਂ ਦੇ ਵਿੱਚ ਲੋਕਾਂ ਦੀ ਰਾਏ ਲੈਂਦੇ, ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ। ਉਦੋਂ ਆ ਕਿਸਾਨ ਮੋਰਚਾ ਸਾਡੀ ਇੱਡੀ ਤਕੜੀ ਕਾਰਿਆ ਕਰਨੀ ਆ, ਪਾਰਟੀ ਦੇ ਇੰਨੇ ਅਹੁਦੇਦਾਰ ਆ, 32 ਜ਼ਿਲ੍ਹੇ ਆ ਸਾਡੇ ਸੰਗਠਨ ਦੇ, ਉਸ ਮੁਤਾਬਕ ਵੰਡ ਕੇ ਚੱਲ ਜਾਂਦੇ, ਕਿਸਾਨਾਂ ਨਾਲ ਗੱਲ ਕਰਦੇ, ਹਰ ਜ਼ਿਲ੍ਹੇ 'ਚ ਜਾ ਕੇ ਉਹਨਾਂ ਨੂੰ ਕਹਿੰਦੇ ਜੀ ਆਹ ਆਰਡੀਨੈਂਸ ਆਏ ਆ, ਇਹ ਬਿੱਲ ਅਜੇ ਬਣਨੇ ਆ, ਤੁਸੀਂ ਆਪਣੀ ਰਾਏ ਦਿਓ, ਅਸੀਂ ਜਾ ਕੇ ਤੁਹਾਡੀ ਗੱਲ ਆਪਣੀ ਲੀਡਰਸ਼ਿਪ ਤੱਕ ਪਹੁੰਚਾਵਾਂਗੇ। ਹੁਣ ਕਿਉਂ ਭੱਜੇ? ਹੁਣ ਕਿਉਂ ਪ੍ਰੈਸ ਕਾਨਫਰੰਸ ਕਰਨ ਲਈ ਕਿਸਾਨ ਨੇਤਾਵਾਂ ਨੂੰ ਭੇਜਦੇ? ਅਤੇ ਤੁਸੀਂ ਥੱਲੇ ਕਮੈਂਟ ਪੜ੍ਹ ਲਓ ਕਿ ਲੋਕਾਂ ਨੇ ਕੀ ਲਿਖਿਆ। ਪੜ੍ਹਦੀ ਪਈ ਸਾਡੀ ਲੀਡਰਸ਼ਿਪ, ਲੀਡਰਸ਼ਿਪ ਨੂੰ ਪਤਾ ਵੀ ਸਾਨੂੰ ਕੀ ਹੋਣ ਜਾ ਰਿਹਾ। ਅੰਦਰ ਅੰਦਰ ਲੋਕ ਸੋਚਦੇ ਪਏ ਵੀ ਇਹ ਕੀ ਕਰ ਬੈਠੇ ਹਾਂ, ਕਿੱਥੇ ਇਕੱਲੇ ਹੀ ਸੱਤਾ ਭੋਗਣ ਦੇ ਆਪਾਂ ਸੁਪਨੇ ਲੈ ਰਹੇ ਹਾਂ ਕਿ 117 ਸੀਟਾਂ ਲੜਨੀਆਂ ਅਤੇ BJP ਆਪਣਾ CM ਬਣਾਊਗੀ। ਉਹ ਸੁਪਨੇ ਧਰੇ ਧਰਾਏ ਰਹਿ ਜਾਣੇ। ਇਹ ਤੁਸੀਂ ਵੇਖਿਓ ਸੀ ਇਹਨਾਂ ਦਾ ਹਾਲ ਕੀ ਹੁੰਦਾ। ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਲਾਈਵ ਹੁੰਦੇ ਸੀਗੇ ਤਾਂ ਲੋਕ ਬਹੁਤ ਜ਼ਿਆਦਾ ਲਾਈਕ ਕਰਦੇ ਸੀਗੇ ਉਹਨਾਂ, ਲੇਕਿਨ ਹੁਣ ਜਿਹੜਾ ਵਾ ਗ੍ਰਾਫ ਘੱਟਦਾ ਜਾ ਰਿਹਾ, ਡਿਸਲਾਈਕ ਬੜੇ ਵਧੀ ਜਾ ਰਹੇ। ਕਿਆ ਲੱਗਦਾ ਇਹ ਵੀ ਕਾਰਨ ਹੋ ਸਕਦਾ ਬਹੁਤ ਵੱਡਾ? ਗੁਰਪ੍ਰੀਤ ਜੀ, ਲਾਈਕ ਅਤੇ ਡਿਸਲਾਈਕ ਦਾ ਬਟਨ ਤੁਹਾਡੇ ਫੋਨ 'ਚ ਲੱਗਾ, ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਤੁਸੀਂ ਉਸ 'ਤੇ ਓਪੀਨੀਅਨ ਲਾਈਕ ਵਾਲਾ ਬਣਾਉਂਦੇ ਜੇ ਕਿ ਡਿਸਲਾਈਕ ਵਾਲਾ ਬਣਾਉਂਦੇ ਜੇ। ਜਿਵੇਂ ਦੀ ਤੁਸੀਂ ਖੂਹ 'ਚ ਆਵਾਜ਼ ਮਾਰੋਗੇ ਉਵੇਂ ਦੀ ਆਵਾਜ਼ ਬਾਹਰ ਆਉਣੀ ਆ। ਤੁਸੀਂ ਜਨਤਾ ਨੂੰ ਚੰਗੀ ਗੱਲ ਦੱਸੋਗੇ, ਦੇਸ਼ ਨੂੰ ਆਪਾਂ ਕਹਿੰਦੇ ਵਿਕਾਸ ਵੱਲ ਲੈ ਕੇ ਜਾਣਾ, ਦੇਸ਼ ਨੂੰ ਆਪਾਂ ਇੱਕ ਜਿਹੜਾ 21ਵੀਂ ਸਦੀ ਦਾ ਹਿੰਦੁਸਤਾਨ ਆ ਉਹ ਵਿਸ਼ਵ ਗੁਰੂ ਬਣੂਗਾ। ਵਿਸ਼ਵ ਗੁਰੂ ਇਤਨਾ ਤਾਂ ਨਹੀਂ ਬਣਨਾ, ਆਪਣੀ ਜਨਤਾ ਦੇ ਖੂਨ ਪਸੀਨੇ ਨੂੰ ਤੁਸੀਂ ਖਤਮ ਕਰਕੇ ਉਹਦੇ ਉੱਤੇ ਵਿਸ਼ਵ ਗੁਰੂ ਬਣ ਜਾਓਗੇ। ਕਿਸ ਤਰ੍ਹਾਂ ਬਣ ਜਾਓਗੇ? 70% ਲੋਕ ਦੇਸ਼ 'ਚ ਜਿਹੜੀ ਖੇਤੀ ਕਰਦੇ ਆ ਅਤੇ ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿਓਗੇ? ਇੰਡਸਟਰੀਅਲਿਸਟ ਕਾਰਪੋਰੇਟ ਘਰਾਣਿਆਂ ਨੇ ਥੋੜ੍ਹਾ ਵਿਸ਼ਵ ਗੁਰੂ ਬਣਾ ਦੇਣਾ? ਵਿਸ਼ਵ ਗੁਰੂ ਬਣਾਉਣਾ, ਸਾਰੀ ਦੁਨੀਆ ਨੇ, 138 ਕਰੋੜ ਦੁਨੀਆ ਹਿੰਦੁਸਤਾਨ 'ਚ, ਉਹਨਾਂ ਨੇ ਵਿਸ਼ਵ ਗੁਰੂ ਬਣਾਉਣ ਦੇ ਵਿੱਚ ਕਿਸੇ ਨੇ ਥੋੜ੍ਹੀ ਥੋੜ੍ਹੀ ਅਹੂਤੀ ਪਾਉਣੀ ਉਸ ਹਵਨ ਦੇ ਵਿੱਚ। ਜੇਕਰ ਗੱਲ ਕੀਤੀ ਜਾਵੇ ਤੁਹਾਡੇ ਅਸਤੀਫੇ ਤੋਂ ਬਾਅਦ ਕਈ ਹੋਰ ਵੀ ਲੋਕ ਜਿਹੜੇ ਨੇ BJP ਤੋਂ ਅਸਤੀਫਾ ਦੇ ਸਕਦੇ ਨੇ ਜੇਕਰ ਤੁਹਾਡੀ ਕੋਈ ਨਾ ਗੱਲਬਾਤ ਹੋਈ ਹੋਵੇ? ਦੇਖੋ, ਮੇਰੇ ਨੂੰ ਕੱਲ੍ਹ ਦਾ ਕੋਈ 400-500 ਬੰਦਾ ਫੋਨ BJP ਦਾ ਹੀ ਕਰ ਚੁੱਕਾ, ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ, ਕਿਸੇ ਦਾ ਨਾਂ ਚਲੋ ਕੀ ਲੈਣਾ। ਉਹ ਬੰਦੇ ਵੀ ਇਹ ਗੱਲ ਫੀਲ ਕਰ ਰਹੇ ਕਿ ਪਾਰਟੀ ਇੱਕ ਹੁੰਦੀ ਗਲਤੀ, ਇੱਕ ਹੁੰਦਾ ਬਲੰਡਰ ਕਰ ਚੁੱਕੀ ਹੈ। ਉਹਦੇ ਤੋਂ ਹੁਣ ਇਹਨਾਂ ਕੋਲ ਤਾਂ ਮੁੜਿਆ ਨਹੀਂ ਜਾਣਾ, ਠੀਕ ਹੈ ਜੀ। ਇਹਨਾਂ ਨੂੰ ਤਾਂ ਹੁਣ ਜੋ ਲੋਕਾਂ ਨੇ ਕਹਿਣਾ ਉਹ ਐਕਸੈਪਟ ਹੀ ਕਰਨਾ ਪੈਣਾ। ਉਹਨਾਂ ਉਹ ਹੁਣ ਕਹਿ ਰਹੇ ਵੀ ਸਾਨੂੰ ਹੁਣ ਮੁੜਨ ਦਾ ਵੀ ਕੋਈ ਰਾਹ ਨਹੀਂ ਲੱਭਣ ਦਿਆ ਕਿ ਕਿਵੇਂ ਮੁੜੀਏ। ਉਹ ਤਾਂ ਹੁਣ ਸਮਾਂ ਇਹ ਚੀਜ਼ ਨਿਸ਼ਚਿਤ ਕਰੂਗਾ ਕਿ ਇਹਨਾਂ ਦੀ ਕੀ ਫੇਟ ਹੋਣ ਵਾਲੀ ਹੈ, ਕੀ ਫਿਊਚਰ ਹੋਣ ਵਾਲਾ ਪਾਰਟੀ ਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪਾਰਟੀਆਂ BJP ਰਾਤੋ ਰਾਤ ਮੇਰੇ ਲਈ ਮਾੜੀ ਨਹੀਂ ਹੋ ਗਈ। BJP ਨੇ ਬੜਾ ਮਾਨ ਸਨਮਾਨ ਦਿੱਤਾ, ਨਾਂ ਬਣਾਇਆ, ਸਭ ਕੁਝ ਦਿੱਤਾ। 20 ਸਾਲ ਪਾਰਟੀ ਜਿਹੜੀ 'ਚ ਲਾਇਆ ਹੋਵੇ ਉਹਨੂੰ ਛੱਡਣਾ ਸੌਖਾ ਨਹੀਂ ਹੁੰਦਾ। ਪਰ ਮੈਂ ਇਹ ਗੱਲ ਕਹਿੰਦਾ ਵੀ ਜਦੋਂ ਤੁਹਾਨੂੰ ਅਸੀਂ ਗੱਲ ਸਮਝਾਈ ਜਾ ਰਹੇ ਹਾਂ ਅੱਗੇ ਖੂਹ ਆ, ਅੱਗੇ ਖੂਹ ਆ, ਅੱਗੇ ਖੂਹ ਆ, ਅਤੇ ਤੁਸੀਂ ਸਮਝ ਜਾਓ, ਰੁਕ ਜਾਓ ਉੱਥੇ, ਪਿਛਲਿਆਂ ਨੂੰ ਵੀ ਸਮਝਾ ਲਓ, ਤੁਸੀਂ ਭੇਡਾਂ ਵਾਂਗੂ ਸਿੱਧੇ ਹੀ ਠਾ ਆਪ ਵੀ ਡਿੱਗੇ ਦੇ ਅਤੇ ਤੁਸੀਂ ਸਾਰੀ ਪਾਰਟੀ ਵੀ ਸੁੱਟਦੀ ਹੈ। ਲਗਾਤਾਰ ਕਾਫੀ ਰਾਤ ਦੀ ਤੁਹਾਡੀ ਫੋਟੋ ਵੀ ਟ੍ਰੋਲ ਹੋ ਰਹੀ, ਕੋਈ ਵੱਡੇ ਲੀਡਰ ਦਾ ਫੋਨ ਨਹੀਂ ਆਇਆ ਕਿ ਮੈਂ ਨਹੀਂ ਤੂੰ ਮੇਰੇ ਨਾਲ ਗੱਲ ਕਰ ਲੈਂਦਾ ਤਾਂ ਸ਼ਾਇਦ ਆਪਾਂ ਇਸਦਾ ਇੱਦਾਂ ਹੱਲ ਕੱਢ ਸਕਦੇ ਸੀ? ਫੋਨ ਬੜਿਆਂ ਦੇ ਆਏ ਆ ਜੀ, ਪਰ ਹੁਣ ਮੈਂ ਤਾਂ ਵਾਪਸ ਕਰਨਾ ਨਹੀਂ। ਜੋ ਵੀ ਹੁਣ ਕਰ ਲਈ ਆਪਾਂ ਗੱਲ, ਉਹ ਉਸ ਗੱਲ ਦਾ ਬਹੁਤ ਸੋਚ ਸਮਝ ਕੇ ਇਹ ਆਪਾਂ ਡਿਸੀਜਨ ਲਿਆ ਕਿ ਜਿਹੜੇ ਬੰਦੇ, ਮੈਂ ਪੰਜਾਬ 'ਚ ਰਹਿੰਦਾ, ਪੰਜਾਬ ਦੀ, ਪੰਜਾਬੀ ਦੀ, ਪੰਜਾਬੀ ਭਾਸ਼ਾ ਦੀ, ਪੰਜਾਬੀ ਪਾਣੀ ਦੀ ਅਤੇ ਪੰਜਾਬੀ ਕਿਸਾਨੀ ਦੀ ਇਹ ਗੱਲ ਨਹੀਂ ਕਰ ਸਕਦੇ ਜੇ ਤੁਸੀਂ ਸਿਰਫ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਨੀ ਆ। ਪੰਜਾਬ ਦੀ ਇਹ ਖੇਤਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਅਤੇ ਮੇਰੀ ਸਤਿ ਸ਼੍ਰੀ ਅਕਾਲ ਹੈ ਜੀ, ਮੈਂ BJP ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਲ੍ਹ ਅਸਤੀਫਾ ਦੇ ਦਿੱਤਾ। ਉਹਨਾਂ ਨਾਲ BJP ਨਾਲ ਆਪਣਾ ਕੋਈ ਸੰਬੰਧ ਨਹੀਂ, ਕੋਈ ਉਹਨਾਂ ਦੇ ਪ੍ਰੋਗਰਾਮ, ਚਲੋ ਗੱਲ ਖਤਮ ਹੀ ਕਰਤੀ ਉਹਨਾਂ ਨਾਲ, ਆਪਾਂ ਅਸਤੀਫਾ ਦੇ ਦਿੱਤਾ ਫਿਰ ਪਾਰਟੀ ਛੱਡਤੀ ਹੈ।
ਸੋ ਇਸ ਆਰ ਪੀ ਮੈਣੀ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਇਹ ਖੇਤੀ ਆਰਡੀਨੈਂਸ ਨੂੰ ਲੈ ਕੇ ਅਸਤੀਫਾ ਦਿੱਤਾ ਗਿਆ ਕਿਉਂਕਿ ਲਗਾਤਾਰ ਇਹਨਾਂ ਵੱਲੋਂ ਆਵਾਜ਼ ਵੀ ਚੁੱਕੀ ਜਾ ਰਹੀ ਸੀਗੀ ਚਾਹੇ ਉਹ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਹੋਵੇ ਚਾਹੇ ਉਹ ਹਰਿਆਣੇ ਦੇ ਨਾਲ ਪਾਣੀ ਦੇ ਮੁੱਦਿਆਂ 'ਤੇ ਹੋਵੇ ਤਾਂ ਚਾਹੇ ਹੁਣ ਖੇਤੀ ਆਰਡੀਨੈਂਸ ਨੂੰ ਲੈ ਕੇ ਜਿਹੜੀ ਹੈ ਉਹ ਗੱਲ ਕੀਤੀ ਜਾਂਦੀ ਹੋਵੇ ਹਾਲਾਂਕਿ ਇਹਨਾਂ ਵੱਲੋਂ ਲਗਾਤਾਰ ਜਿਹੜਾ ਸੀਗਾ ਕੇਂਦਰ ਸਰਕਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਲੇਕਿਨ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਦੀ ਨਾ ਗੱਲ ਮੰਨਣ ਤੋਂ ਬਾਅਦ ਕਾਫੀ ਰੋਸ ਆਉਣ ਤੋਂ ਬਾਅਦ ਅਤੇ ਕਿਸਾਨਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਹੈ ਆਰ ਪੀ ਮੈਣੀ ਹੋਣਾ ਵੱਲੋਂ ਜਿਹੜਾ ਆਪਣਾ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਗਿਆ ਔਰ ਇਹਨਾਂ ਦਾ ਕਹਿਣਾ ਇਹ ਹੈ ਕਿ ਕਈ ਹੋਰ ਵੀ ਲੋਕ ਨੇ ਜਿਹੜੇ ਇਹਨਾਂ ਨੂੰ ਫੋਨ ਕਰ ਰਹੇ ਨੇ ਬਹੁਤ ਵੱਡੇ ਲੀਡਰ ਵੀ ਹੋ ਸਕਦੇ ਨੇ ਬੜੇ ਵੱਡੇ ਅਹੁਦਿਆਂ 'ਤੇ ਬੈਠੇ ਵੀ ਹੋ ਸਕਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਬਹੁਤ ਵੱਡਾ ਜਿਹੜਾ ਸੀਗਾ ਸਟੈਪ ਜਿਹੜਾ ਆ ਨਰਿੰਦਰ ਮੋਦੀ ਵੱਲੋਂ ਜਿਹੜਾ ਸੈਟਬੈਕ ਜਿਹੜਾ ਲਾਇਆ ਗਿਆ ਕਿਸਾਨਾਂ ਲਈ ਕਿਤੇ ਨਾ ਕਿਤੇ ਘਾਤਕ ਜਿਹੜਾ ਸਾਬਿਤ ਹੋ ਸਕਦਾ ਹੈ। ਕੈਮਰਾਮੈਨ ਸਨੀ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।